ਇਹਨਾਂ ਸੀਸੀਟੀਵੀ ਤਸਵੀਰਾਂ ਨੂੰ ਗੌਰ ਦੇ ਨਾਲ ਦੇਖਿਓ। ਤਿੰਨ ਨੌਜਵਾਨ ਲੁਟੇਰੇ ਤੁਹਾਨੂੰ ਦਿਖਾਈ ਦੇ ਰਹੇ ਹੋਣਗੇ। ਤਿੰਨਾਂ ਦੇ ਮੂੰਹ ਟਕੇ ਹੋਏ ਨੇ। ਪਹਿਲਾਂ ਇੱਕ ਨੌਜਵਾਨ ਮੋਟਰਸਾਈਕਲ ਤੇ ਆਉਂਦਾ ਹੈ ਜਿਸ ਦਾ ਮੂੰਹ ਟਕਿਆ ਹੋਇਆ ਹੈ, ਫਿਰ ਦੂਜੇ ਪਾਸਿਓਂ ਉਸਦੇ ਦੋ ਸਾਥੀ ਆ ਜਾਂਦੇ ਨੇ। ਦਰਅਸਲ ਇਹ ਸਲਾਹ ਬਣਾ ਕੇ ਆਏ ਸੀ ਕਿ ਇੱਕ ਘਰ ਦੇ ਅੰਦਰ ਜਾ ਕੇ ਇਹਨਾਂ ਨੇ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਾ ਹੈ। ਤੇ ਇਸੇ ਤਰੀਕੇ ਦੇ ਨਾਲ ਇਹਨਾਂ ਨੇ ਉਸ ਘਟਨਾ ਨੂੰ ਅੰਜਾਮ ਦੇਣਾ ਸ਼ੁਰੂ ਵੀ ਕਰ ਦਿੱਤਾ। ਦੇਖ ਸਕਦੇ ਹੋ ਤਸਵੀਰਾਂ ਕਿ ਕਿਵੇਂ ਇੱਕ ਸ਼ਖਸ ਜੋ ਕਿ ਲੁਟੇਰਾ ਹੈ ਪਹਿਲਾਂ ਘਰ ਅੰਦਰ ਵੜਦਾ ਹੈ, ਉਸਦੇ ਪਿੱਛੇ ਪਿੱਛੇ ਦੋਨੇ ਹੋਰ ਲੁਟੇਰੇ ਵੜ ਜਾਂਦੇ ਨੇ। ਘਰ ਦਾ ਗੇਟ ਹਾਲੇ ਖੁੱਲ੍ਹਾ ਹੀ ਹੈ, ਅੰਦਰ ਤਿੰਨੇ ਵੜ ਜਾਂਦੇ ਨੇ ਤੇ ਨਾਲ ਹੀ ਜਿਹੜੇ ਘਰ ਅੰਦਰ ਲੋਕ ਹੁੰਦੇ ਨੇ, ਮਾਤਾ ਪਿਤਾ ਅਤੇ ਉਹਨਾਂ ਦਾ 14 ਸਾਲਾਂ ਦਾ ਮੁੰਡਾ, ਉਹ ਤਿੰਨੇ ਰੌਲਾ ਪਾਉਣ ਲੱਗ ਜਾਂਦੇ ਨੇ ਜਿਸ ਕਰਕੇ ਪੂਰਾ ਮੁਹੱਲਾ ਇਕੱਠਾ ਹੋ ਜਾਂਦਾ ਹੈ। ਦੇਖੋ ਫਿਰ ਕਿਵੇਂ ਗਲੀ ਦੇ ਜਿਹੜੇ ਨੌਜਵਾਨ ਲੋਕ ਨੇ, ਬਜ਼ੁਰਗ ਨੇ, ਸਿਆਣੇ ਨੇ, ਉਹ ਇਕੱਠੇ ਹੋ ਜਾਂਦੇ ਨੇ, ਚੰਦ ਪਲਾਂ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਤੇ ਇਹਨਾਂ ਲੁਟੇਰਿਆਂ ਨੂੰ ਕਾਬੂ ਕਰ ਲੈਂਦੇ ਨੇ। ਬਾਅਦ ਦੇ ਵਿੱਚ ਇਹਨਾਂ ਦੀ ਚੰਗੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ, ਪੁਲਿਸ ਨੂੰ ਸੱਦ ਲਿਆ ਜਾਂਦਾ ਹੈ, ਪੁਲਿਸ ਦੇ ਵੱਲੋਂ ਵੀ ਇਹਨਾਂ ਦੀ ਚੰਗੀ ਤਰ੍ਹਾਂ ਝੰਬ ਲਾਈ ਗਈ। ਤਾਂ ਤਸਵੀਰਾਂ ਨੂੰ ਦੇਖੋ ਧਿਆਨ ਨਾਲ, ਸੀਸੀਟੀਵੀ ਤਸਵੀਰਾਂ ਨੂੰ। ਇਸੇ ਸਾਰੀ ਭਗਦੜ ਦੇ ਵਿੱਚ ਇਹਨਾਂ ਨੂੰ ਫੜਨ ਦੇ ਚੱਕਰ 'ਚ ਇਹਨਾਂ ਦਾ ਤੀਜਾ ਸਾਥੀ ਬੜੀ ਚਲਾਕੀ ਦੇ ਨਾਲ ਫਰਾਰ ਹੋ ਗਿਆ। ਦੋ ਨੂੰ ਤਾਂ ਫੜ ਲਿਆ ਗਿਆ ਪਰ ਤੀਜਾ ਜਿਹੜਾ ਹੈ ਉਹ ਅੱਖ ਬਚਾ ਕੇ ਉਹ ਇਸ ਭੀੜ ਦੇ ਕੋਲੋਂ ਬਚ ਨਿਕਲਿਆ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਜਿਹੜਾ ਤਰਨ ਤਾਰਨ ਦੀਆਂ, ਜਿੱਥੇ ਦਿਨ ਦਿਹਾੜੇ ਲੁੱਟ ਹੋਈ ਹੈ, ਲੁੱਟ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਤੇ ਇੱਕ ਹੋਰ ਲੁੱਟ ਤਰਨ ਤਾਰਨ ਤੇ ਦੇਖਣ ਨੂੰ ਮਿਲੀ ਹੈ, ਜਿੱਥੇ ਹਥਿਆਰਬੰਦ ਲੁਟੇਰਿਆਂ ਦੇ ਵੱਲੋਂ ਤਰਨ ਤਾਰਨ ਦੇ ਇੱਕ ਮੁਹੱਲੇ ਦੇ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਪਿਸਤੌਲ ਦੀ ਨੋਕ ਤੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਮੌਕੇ ਤੇ ਮੁਹੱਲੇ ਵਾਸੀਆਂ ਦੇ ਵੱਲੋਂ ਇਹਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਤੇ ਇਹਨਾਂ ਨੂੰ ਸਬਕ ਸਿਖਾ ਦਿੱਤਾ ਗਿਆ। ਬਾਅਦ ਦੇ ਵਿੱਚ ਪੁਲਿਸ ਨੂੰ ਸੱਦਿਆ ਗਿਆ, ਪੁਲਿਸ ਨੇ ਆ ਕੇ ਵੀ ਇਹਨਾਂ ਦੀ ਚੰਗੀ ਤਰ੍ਹਾਂ ਕੁੱਟਮਾਰ ਕੀਤੀ ਹੈ। ਤਾਂ ਦੱਸ ਦਈਏ ਕਿ 14 ਸਾਲਾਂ ਦਾ ਮੁੰਡਾ ਜਿਹਦੇ ਵੱਲੋਂ ਹਿੰਮਤ ਕਰਕੇ ਪਹਿਲਾਂ ਘਰ ਦੇ ਅੰਦਰ ਆਪਣੇ ਮਾਤਾ ਪਿਤਾ ਦੇ ਨਾਲ ਰਲ ਕੇ ਰੌਲਾ ਪਾਇਆ ਗਿਆ ਜਿਸ ਕਰਕੇ ਪੂਰਾ ਮੁਹੱਲਾ ਇਕੱਠਾ ਹੋ ਜਾਂਦਾ ਹੈ। ਤਾਂ ਦੇਖ ਸਕਦੇ ਹੋ ਕਿ ਮੁਹੱਲੇ ਦੇ ਇੱਕ ਇੱਕ ਕਰਕੇ ਪੂਰੇ ਪਰਿਵਾਰ ਬਚ ਗਿਆ ਹੈ। ਲੁੱਟ ਦੀ ਘਟਨਾ ਹੈ ਜਿਹੜੀ ਵਾਰਦਾਤ ਹੈ ਉਹ ਬਚ ਗਈ ਹੈ। ਜੇ ਮੁਹੱਲੇ ਵਾਲੇ ਸਾਥ ਨਾ ਦਿੰਦੇ ਤਾਂ ਇਹਨਾਂ ਨੇ ਪਤਾ ਨਹੀਂ ਕਿੰਨਾ ਕੁ ਲੁੱਟ ਕੇ ਲੈ ਜਾਣਾ ਸੀ ਇਸ ਪਰਿਵਾਰ ਨੂੰ। ਤਾਂ ਪਰਿਵਾਰ ਨੇ ਰੌਲਾ ਪਾਇਆ, ਮੁਹੱਲੇ ਵਾਲੇ ਝੱਟ ਇਕੱਠਾ ਹੋ ਗਏ। ਤਾਂ ਦੇਖੋ ਕਿਵੇਂ ਫਿਰ ਲੁਟੇਰਿਆਂ ਨੂੰ ਕਾਬੂ ਕਰ ਲਿਆ। ਜੇ ਇਸੇ ਤਰੀਕੇ ਦੇ ਵਾਂਗ ਹੋਰ ਥਾਵਾਂ 'ਤੇ ਵੀ ਮੁਹੱਲੇ ਵਾਲੇ ਸੁਚੇਤ ਰਹਿਣ, ਸਤਰਕ ਰਹਿਣ, ਤਾਂ ਲੁੱਟ ਦੀਆਂ ਘਟਨਾਵਾਂ 'ਤੇ ਠੱਲ ਪਾਈ ਜਾ ਸਕਦੀ ਹੈ। ਮੈਂ ਅਭਿਸ਼ੇਕ ਜੋਸ਼ੀ ਬੋਲ ਰਿਹਾ ਤਰਨ ਤਾਰਨ ਤੋਂ, ਜੋ ਕਿ ਅੱਜ ਸਾਡੇ ਝਾਈ ਵਾਲੀ ਗਲੀ 'ਚ ਸਾਡੇ ਆਦਰਣੀ ਪੰਡਿਤ ਅਸ਼ੋਕ ਕੁਮਾਰ ਜੀ ਭਾਰਗਵ ਬੰਡਾਲੇ ਵਾਲੇ, ਉਹਨਾਂ ਦੇ ਘਰੇ 3 ਮੋਟਰਸਾਈਕਲ ਦੇ ਸਵਾਰ ਮੁੰਡੇ ਹੋ ਗਏ ਆਏ, ਜਿਨ੍ਹਾਂ ਨੂੰ ਮੁੰਡੇ ਨੇ ਸ਼ੋਰ ਮਚਾਉਣਾ ਸ਼ੁਰੂ ਕਰਤਾ ਜਦੋਂ ਅਸੀਂ ਅੰਦਰ ਜਾ ਕੇ ਵੇਖਿਆ ਉਹਨਾਂ ਕੋਲ ਪਿਸਟਲ ਸੀ। ਹੁਣ ਅਸੀਂ ਉਹਨਾਂ ਨੇ ਪੁਲਿਸ ਤੋਂ ਫੜਾ ਦਿੱਤਾ ਤੇ ਅਸੀਂ ਕਾਰਵਾਈ ਦੀ ਮੰਗ ਕਰਦੇ ਹਾਂ ਇਹਨਾਂ ਨੂੰ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਜਾਵੇ ਕਿ ਕੀ ਕਿਸ ਮੰਸ਼ਾ ਦੇ ਨਾਲ ਇਹ ਪੰਡੇ ਜੀ ਦੇ ਘਰ 'ਚ ਆਏ ਸੀਗੇ। ਮਤਲਬ ਕੀ ਇਹਨਾਂ ਨੇ ਲੁੱਟ ਦੀ ਕੋਸ਼ਿਸ਼ ਕੀਤੀ? ਦੇਖੋ ਜੀ, 26 ਜਨਵਰੀ ਦਾ ਦਿਨ ਵਾ ਅੱਜ, ਕਿੱਡਾ ਇੱਕ ਜਗ੍ਹਾ ਪੁਲਿਸ ਕਹਿੰਦੀ ਜਗ੍ਹਾ ਜਗ੍ਹਾ ਨਾਕੇ ਲਾਏ ਤੇ ਦੂਜੇ ਪਾਸੇ ਇਹੋ ਜਿਹੀਆਂ ਘਰਾਂ 'ਚ ਹੋਣ ਨਵਾਂ ਘਟਨਾ ਵਾ, ਉਹਨਾਂ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਵਾ। ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਕਿ ਇਹਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਤੇ ਜਿਹੜਾ ਪਿਸਟਲ ਇਹਨਾਂ ਕੋਲ ਆਇਆ ਵਾ ਹਥਿਆਰ ਕਿੱਥੋਂ ਆਇਆ ਤੇ ਕਿੱਥੋਂ ਲਿਆਏ, ਕਿਹੜੀ ਮੰਸ਼ਾ ਨਾਲ ਲਿਆਏ, ਇਹਨਾਂ ਦੇ ਪੁੱਛਗਿੱਛ ਕਰਕੇ ਇਹਨਾਂ ਦੀ ਕਾਰਵਾਈ ਕੀਤੀ ਜਾਵੇ। ਸਰ ਕੀ ਨਾਮ ਆਪਣਾ? ਅਸ਼ੋਕ ਕੁਮਾਰ ਭਾਰਗਵ ਨਾਮ ਹੈ ਜੀ ਮੇਰਾ। ਮੈਂ ਤਿਆਰ ਹੋ ਕੇ ਮੰਦਰ ਗਿਆ, ਪਿੱਛੋਂ ਕੁਛ ਲੁਟੇਰੇ ਮੇਰੇ ਘਰੇ ਪੈ ਗਏ ਨੇ, ਆਣ ਕੇ ਉਸ ਬੱਚੇ ਦੇ ਸਿਰ ਦੇ ਉੱਤੇ ਪਿਸਟਲ ਰੱਖਿਆ ਤੇ ਕਹਿੰਦੇ ਨੇ ਜਿੰਨਾ ਪੈਸਾ ਹੈਗਾ ਸਾਰਾ ਕੱਢ ਦਿਓ। ਮੇਰੀ ਵਾਈਫ ਜਦੋਂ ਬੱਚੇ ਨੂੰ ਛਡਾਉਣ ਵਾਸਤੇ ਆਈ ਤੇ ਉਹ ਕਹਿੰਦੇ ਆਂਟੀ ਤੂੰ ਚੁੱਪ ਰਹਿ, ਨਹੀਂ ਤੇ ਮੁੰਡੇ ਨੂੰ ਮਾਰ ਦੇਣਾ, ਜਿੰਨੇ ਪੈਸੇ ਹੈਗੇ ਸਾਰੇ ਕੱਢ ਦਿਓ। ਕਿੰਨੇ ਜਣੇ ਸੀ? ਮੈਂ ਜਦੋਂ ਆਇਆ ਉਦੋਂ 2 ਜਣੇ ਸੀਗੇ ਘਰੇ, ਇੱਕ ਮੁਹੱਲੇ ਵਾਸੀਆਂ ਦਾ ਕਹਿਣਾ ਵਾ ਵੀ ਇੱਕ ਜਣਾ ਭੱਜ ਗਿਆ ਤੇ ਨਾਲ ਇੱਕ ਕੁੜੀ ਵੀ ਦੱਸਦੇ ਪਏ ਨੇ, ਮੁਹੱਲੇ ਵਾਸੀ ਕਹਿੰਦੇ ਵੀ ਇੱਕ ਕੁੜੀ ਵੀ ਸੀ ਨਾਲ।
ਹਾਂਜੀ ਵਾਪਰ ਸਕਦੀ ਸੀ ਜੀ, ਤੇ ਬਹੁਤ ਮਾੜੀ ਘਟਨਾ ਜੀ, ਬੰਦੇ ਕਾਰੋਬਾਰਾਂ ਦੇ ਵੀ ਜਾਂਦੇ ਨੇ, ਹੁਣ ਪਿੱਛੋਂ ਜਨਾਨੀਆਂ ਇਕੱਲੀਆਂ ਰਹਿੰਦੀਆਂ ਜੀ ਘਰੇ। ਹਾਂਜੀ ਬੜੀ ਮਾੜੀ ਘਟਨਾ, ਮਾੜੀ ਗੱਲ ਹੈ ਜੀ, ਸਭ ਦੁਕਾਨਦਾਰ ਦੇ ਜਾਂ ਨੌਕਰੀ ਪੇਸ਼ੇ ਵਾਲੇ ਦੇ ਘਰੋਂ ਬਾਹਰ ਜਾਂਦੇ ਨੇ ਜੀ, ਪਿੱਛੋਂ ਬੱਚੇ ਤੇ ਜਨਾਨੀਆਂ ਘਰੇ ਰਹਿੰਦੀਆਂ ਨੇ, ਇਹਦੇ ਮੇਰੇ ਘਰ ਕੈਮਰੇ ਲੱਗੇ ਆ ਜੀ, ਟਰੇਸ ਵੀ ਹੋ ਸਕਦੇ ਨੇ ਨਾਲ ਜਨਾਨੀ ਔਰ ਦੂਸਰਾ ਜਿਹੜਾ ਭੱਜਿਆ ਹੋਇਆ ਬੰਦਾ ਉਹ ਕੌਣ ਸੀਗਾ। ਦੋ ਬੰਦੇ ਫੜਾਏ ਨੇ, ਇੱਕ ਬੰਦਾ ਭੱਜ ਗਿਆ ਤੇ ਇੱਕ ਕੁੜੀ ਵੀ ਕਹਿੰਦੇ ਜੀ ਉੱਥੋਂ ਗਾਂ ਪਿਛਾਂ ਹੋ ਗਈ। ਮੰਗ ਕਰਦੇ ਹਾਂ ਜੀ ਇਹੋ ਜਿਹੇ ਲੁਟੇਰਿਆਂ ਦੇ ਉੱਤੇ ਕੜੀ ਕਾਰਵਾਈ ਹੋਵੇ ਅਤੇ ਪੂਰਾ ਪੁੱਛਗਿੱਛ ਕੀਤੀ ਜਾਵੇ ਵੀ ਕੀ ਹੋਇਆ ਜੀ, ਕਿਉਂ ਆਏ ਸੀਗੇ ਉਹ।